ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪ੍ਰਭ ਸਿੱਧੂ ਅਤੇ ਗੱਲ ਕਰਾਂਗੇ ਲੁਧਿਆਣਾ ਦੀ। ਲੁਧਿਆਣਾ ਦੇ ਇੱਕ MLA ਇਸ ਸਮੇਂ ਪੂਰੀਆਂ ਸੁਰਖੀਆਂ ਦੇ ਵਿੱਚ ਨੇ, ਕਿਉਂਕਿ ਵਿਧਾਇਕ ਦੇ ਵੱਲੋਂ ਆਪਣੇ ਅਤੇ ਆਪਣੇ ਹੀ CM ਦੇ ਨਾਮ ਦਾ ਨੀਂਹ ਪੱਥਰ ਤੋੜ ਦਿੱਤਾ ਗਿਆ। ਜੀ ਹਾਂ, ਗੱਲ ਕਰਾਂਗੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ, ਜਿਨ੍ਹਾਂ ਦੇ ਵੱਲੋਂ ਬੁੱਢਾ ਦਰਿਆ ਦੇ ਨਾਲ ਲੱਗਦੇ ਨੀਂਹ ਪੱਥਰ ਨੂੰ ਤੋੜਿਆ ਗਿਆ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਅਤੇ MLA ਉਹਨਾਂ ਦੀ ਮੌਜੂਦਗੀ ਦੇ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ, ਜਿੱਥੇ ਕਿਹਾ ਗਿਆ ਸੀ ਕਿ ਬੁੱਢੇ ਦਰਿਆ ਦੀ ਸਾਫ਼ ਸਫਾਈ ਦੇ ਲਈ ਕੰਮ ਹੈ ਜਿਹੜਾ ਉਹ ਕੀਤਾ ਜਾਵੇਗਾ। ਪਰ ਸਮਾਂ ਲੰਬਾ ਬੀਤ ਗਿਆ ਅਤੇ ਹੁਣ ਤੱਕ ਕੋਈ ਕੰਮ ਨਹੀਂ ਹੋਇਆ, ਤਾਂ ਗੁੱਸੇ ਵਿੱਚ ਆ ਕੇ ਵਿਧਾਇਕ ਉਹਨਾਂ ਦੇ ਵੱਲੋਂ ਹਥੌੜਿਆਂ ਦੇ ਨਾਲ ਉਸ ਨੀਂਹ ਪੱਥਰ ਨੂੰ ਤੋੜ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ, ਜਿਸ ਕਰਕੇ ਉਹਨਾਂ ਦੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਂ ਨੂੰ ਅਕਸ ਨੂੰ ਢਾਹ ਹੈ ਜਿਹੜੀ ਉਹ ਲੱਗ ਰਹੀ ਹੈ। ਸੋ ਪਾਰਟੀ ਅਤੇ ਵਿਧਾਇਕ ਦੇ ਅਕਸ ਨੂੰ ਢਾਹ ਲੱਗਣ ਤੋਂ ਗੁੱਸੇ ਵਿੱਚ ਆ ਕੇ ਇਹ ਜਿਹੜਾ ਕਦਮ ਚੁੱਕਿਆ ਗਿਆ, ਜਿਸ 'ਤੇ ਵੱਖ ਵੱਖ ਪਾਰਟੀਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਇਸ 'ਤੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਇੱਕ ਜਾਗਦੀ ਜ਼ਮੀਰ ਵਾਲੇ MLA ਹੋ ਅਤੇ ਹੁਣ ਅੱਗੇ ਲੱਗ ਕੇ ਇਸ ਨੂੰ ਅੱਗੇ ਵਧਾਓ। ਹੋਰ ਕੀ ਕੁਝ ਕਹਿਣਾ ਅਰਸ਼ਦੀਪ ਕਲੇਰ ਦਾ ਇਸ ਮਾਮਲੇ ਨੂੰ ਲੈ ਕੇ, ਆਓ ਜਾਣਦੇ ਹਾਂ। ਅੱਜ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਸਾਹਿਬ ਨੇ ਆਪਣੀ ਸਰਕਾਰ ਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਝੂਠਾ ਅਤੇ ਫਰੇਬ ਦਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਕਰ ਦਿੱਤਾ। 2.5 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾਈ। ਕੰਮ ਕੀ ਕੀਤਾ? ਜਾਂ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਮੈਂ, ਜਾਂ ਗੱਡੀ ਦੀ ਛੱਤ 'ਤੇ ਚੜ੍ਹ ਕੇ ਗਾਣੇ ਲਾ ਕੇ ਨੱਚੇ ਨੇ। ਇਨਫਰਾਸਟ੍ਰਕਚਰ ਪੰਜਾਬ ਦਾ ਉੱਥੇ ਹੀ ਖੜ੍ਹਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2017 'ਚ ਛੱਡਿਆ ਸੀ। ਉਸ ਤੋਂ ਅੱਗੇ ਪੰਜਾਬ ਦੇ ਵਿੱਚ ਕਿੱਟ ਵੀ ਕਿਤੇ ਨਹੀਂ ਲੱਗੀ। ਕਾਂਗਰਸ ਨੇ ਵੀ 5 ਸਾਲ ਗੱਲਾਂ ਮਾਰ ਕੇ ਗੁਜ਼ਾਰੇ। ਗੋਗੀ ਸਾਹਿਬ, ਤੁਸੀਂ ਇਹ ਸਾਬਤ ਕਰਤਾ ਕਿ ਜਿਹੜੇ 92 MLA ਜਿੱਤੇ ਨੇ ਉਹਨਾਂ 'ਚ ਤੁਹਾਡੇ ਵਰਗੇ 1-2 ਬੰਦੇ ਹੈਗੇ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ। ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਮੂਹਰੇ ਲੱਗੋ ਔਰ ਬਾਕੀ ਵੀ ਪੰਜਾਬ ਦੇ ਵਿੱਚ ਜਿਹੜੇ ਝੂਠੇ ਨੀਂਹ ਪੱਥਰ ਰੱਖੇ ਨੇ ਕਿ ਜੀ 100 ਕਰੋੜ ਦਾ ਪ੍ਰੋਜੈਕਟ ਆ ਰਿਹਾ, ਭਗਵੰਤ ਮਾਨ ਸਾਹਿਬ ਕਦੇ ਗੱਡੀ ਲੈ ਕੇ ਉੱਥੇ ਨੀਂਹ ਪੱਥਰ ਰੱਖੇ ਆਉਂਦੇ ਨੇ, ਕਦੇ ਉੱਥੇ, ਇਹ ਜਿੰਨਾ ਝੂਠ ਅਤੇ ਫਰੇਬ ਦਾ ਨੀਂਹ ਪੱਥਰ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ, ਪੱਟ ਕੇ ਸਿੱਟ ਦਿਓ। ਔਰ ਮੇਰੀ ਬਾਕੀ MLA ਸਾਹਿਬਾਨਾਂ ਨੂੰ ਵੀ ਬੇਨਤੀ ਹੈ ਕਿ 2.5 ਸਾਲ ਨਿਕਲ ਗਏ ਨੇ ਅਤੇ 2.5 ਸਾਲ ਹੀ ਰਹਿ ਗਏ ਨੇ ਅਤੇ ਲੋਕਾਂ ਨੇ ਹੁਣ ਹਿਸਾਬ ਮੰਗਣਾ ਅਤੇ MLA ਕੋਲ ਕੋਈ ਜਵਾਬ ਹੈ ਨਹੀਂ, ਕਿਉਂਕਿ ਝੂਠ ਮਾਰ ਕੇ ਇਹ ਸਰਕਾਰ ਬਣਾਈ ਸੀ, ਲੋਕਾਂ ਨਾਲ ਲੰਬੇ ਚੌੜੇ ਵਾਅਦੇ ਕੀਤੇ ਸੀ ਅਤੇ ਅੱਜ ਹਾਲਾਤ ਕੀ ਨੇ ਪੰਜਾਬ ਦੇ? ਇੰਡਸਟਰੀ ਤਾਂ ਸਾਰੀ ਪੰਜਾਬ ਤੋਂ ਬਾਹਰ ਭੱਜੀ ਜਾ ਰਹੀ ਹੈ, ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਆ ਰਹੀ, NHAI ਆਪਣੇ ਪ੍ਰੋਜੈਕਟ ਕੱਢ ਕੇ ਲੈ ਕੇ ਜਾ ਰਹੀ ਹੈ, ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ, ਨਸ਼ੇ 'ਚ ਸਾਡੀ ਜਵਾਨੀ ਗਰਕ ਰਹੀ ਹੈ, ਗੈਂਗਸਟਰਾਂ ਦਾ ਰਾਜ ਹੈ, ਉਹ ਆਪਣੀਆਂ ਇੰਟਰਵਿਊਆਂ ਪੁਲਿਸ ਦੀ ਕਸਟਡੀ 'ਚੋਂ ਦੇ ਰਹੇ ਨੇ, ਇਹ ਸੂਬੇ ਦੇ ਹਾਲਾਤ ਨੇ। ਔਰ ਇਸ ਤੋਂ ਅੱਗੇ ਵੀ ਹੁਣ ਤਾਂ NGT ਨੇ ਵੀ ਕਹਿਤਾ, 1,023 ਕਰੋੜ ਦਾ ਜੁਰਮਾਨਾ 'ਚ ਠੋਕਿਆ, ਕਹਿੰਦੇ ਪੰਜਾਬ ਦੇ ਵਿੱਚ ਗੰਦਗੀ ਹੈ, ਕੂੜੇ ਦੇ ਢੇਰ ਲੱਗੇ ਪਏ ਨੇ। ਆ ਨੀਂਹ ਪੱਥਰਾਂ ਤੋਂ ਕੀ ਕਰਾਉਣਾ? ਤੁਹਾਡੇ ਤੋਂ ਤਾਂ ਪੰਜਾਬ ਦਾ ਜਿਹੜਾ ਪੁਰਾਣਾ ਇਨਫਰਾਸਟ੍ਰਕਚਰ ਬਣਿਆ ਤੁਹਾਡੇ ਤੋਂ ਤਾਂ ਉਹਦੀ ਸਫਾਈ ਨਹੀਂ ਹੋ ਰਹੀ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਹੁਣ ਪੰਜਾਬ ਤੁਹਾਡੇ ਤੋਂ ਜਵਾਬ ਮੰਗਦਾ। ਐਡੀ ਮਾੜੀ ਕਾਰਗੁਜ਼ਾਰੀ ਪੰਜਾਬ ਨੇ ਕਿਸੇ ਮੁੱਖ ਮੰਤਰੀ ਦੀ ਨਹੀਂ ਦੇਖੀ। ਇਹ ਫੇਲੀਅਰ ਹੈ ਭਗਵੰਤ ਮਾਨ ਸਾਹਿਬ ਦਾ, ਆਮ ਆਦਮੀ ਪਾਰਟੀ ਦਾ, ਅਤੇ ਜਿਹੜੇ ਦਿੱਲੀਓਂ ਲਾਲਾ ਜੀ ਜਿਨ੍ਹਾਂ ਨੇ ਸਾਰਾ ਪੰਜਾਬ ਦਾ ਰੈਵਨਿਊ ਇਕੱਠਾ ਕੀਤਾ ਅਤੇ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾਉਣ 'ਤੇ ਖਰਚਤਾ, ਇਹ ਪੰਜਾਬ ਉਹਦਾ ਭੁਗਤ ਭੋਗੀ ਹੈ, ਤੁਹਾਡੀਆਂ ਮਾੜੀਆਂ ਕਾਰਗੁਜ਼ਾਰੀਆਂ ਦਾ ਭੁਗਤ ਭੋਗੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ।
ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।